ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ। ਇਹ ਹੈ ਸਾਡਾ ਸੈਕਿੰਡ ਵਲੌਗ। ਮੇਰੀ ਹੋ ਰਹੀ ਸੀ ਸਰਵਾਈਕਲ ਦੀ ਪੇਨ, ਅਤੇ ਮੈਂ ਪਹੁੰਚ ਗਈ ਗਿੱਲ ਰੋਡ ਸਟਾਰੀਅਨ ਸਰਵਾਈਕਲ ਸੈਂਟਰ ਦੇ ਵਿੱਚ, ਜਿੱਥੇ ਫ੍ਰੀ ਆਫ ਕੋਸਟ ਥੈਰੇਪੀ ਦਿੱਤੀ ਜਾਂਦੀ ਹੈ। ਇੱਥੇ ਸਰਵਾਈਕਲ, ਮਾਈਗ੍ਰੇਨ, ਬੈਕ ਪੇਨ ਦੀ ਥੈਰੇਪੀ ਦਿੱਤੀ ਜਾਂਦੀ ਹੈ। ਸਭ ਤੋਂ ਪਹਿਲਾਂ ਬੈਡ ਰੋਲਰ ਦੀ ਥੈਰੇਪੀ ਹੁੰਦੀ ਹੈ, ਸੈਕਿੰਡਲੀ ਇੱਥੇ ਤੁਹਾਨੂੰ ਮੈਟ ਥੈਰੇਪੀ ਦਿੱਤੀ ਜਾਂਦੀ ਹੈ, ਫਿਰ ਬੈਲਟ ਥੈਰੇਪੀ ਦਿੱਤੀ ਜਾਂਦੀ ਹੈ, ਉਸ ਤੋਂ ਬਾਅਦ ਪੰਚਿੰਗ ਪੈਡਸ ਹੁੰਦੇ ਨੇ ਜਿਨ੍ਹਾਂ ਨਾਲ ਕਰੰਟ ਲੱਗਦਾ ਔਰ ਵਾਈਬ੍ਰੇਸ਼ਨਸ ਹੁੰਦੀਆਂ ਨੇ ਸਾਡੀ ਬੋਡੀ ਦੇ ਵਿੱਚ। ਉਸ ਤੋਂ ਬਾਅਦ ਤੁਹਾਨੂੰ ਇੱਕ ਕੰਟੇਨਰ ਦੇ ਵਿੱਚ ਸਟੋਨ ਕਰਕੇ ਰੱਖੇ ਹੁੰਦੇ ਆ, ਡਾਇਨਾਮਿਕ ਸਟੋਨਸ, ਔਰ ਇਹਨਾਂ ਦਾ ਪਾਣੀ ਦਿੱਤਾ ਜਾਂਦਾ ਜੋ ਕਿ ਸਾਡੇ ਮੈਗਨੀਸ਼ੀਅਮ ਵਰਗੇ ਤੱਤਾਂ ਨੂੰ ਪੂਰਾ ਕਰਦਾ ਹੈ। ਥੈਰੇਪੀ ਲੈਣ ਤੋਂ ਬਾਅਦ ਅਸੀਂ ਆਏ ਮਾਰਕੀਟ ਦੇ ਵਿੱਚ। ਮਾਰਕੀਟ ਦੇ ਵਿੱਚ ਬਹੁਤ ਸਾਰੇ ਪਹਿਲਕਦਮੀ ਹੋ ਰਹੀ ਸੀ, ਐਂਡ ਇੱਥੇ ਅਸੀਂ ਨਹਿਰ 'ਤੇ ਜਾ ਰਹੇ ਸੀ। ਪੰਛੀ ਬਹੁਤ ਵਧੀਆ ਲੱਗ ਰਹੇ ਸੀਗੇ, ਅਤੇ ਇੱਥੇ ਸ਼ਿਵਰਾਤਰੀ ਦਾ ਦਿਨ ਹੋਣ ਕਰਕੇ ਕਾਫੀ ਰੌਣਕ ਚੱਲ ਰਹੀ ਸੀ ਬਾਜ਼ਾਰ ਦੇ ਵਿੱਚ। ਥਾਂ ਥਾਂ 'ਤੇ ਲੰਗਰ ਲੱਗੇ ਹੋਏ ਸੀ, ਸਟੋਲਸ ਲੱਗੀਆਂ ਹੋਈਆਂ ਸੀ, ਭੰਗ ਪਿਆਈ ਜਾ ਰਹੀ ਸੀ। ਅਸੀਂ ਬਾਜ਼ਾਰ ਵਿੱਚੋਂ ਹੁੰਦੇ ਹੋਏ ਸ਼ਿਵਰਾਤਰੀ ਦਾ ਪ੍ਰੋਗਰਾਮ ਦੇਖਦੇ ਹੋਏ ਅਸੀਂ ਆਏ ਘਰਾਂ ਦੇ ਨਜ਼ਦੀਕ। ਇੱਥੇ ਘਰਾਂ ਦੇ ਨਜ਼ਦੀਕ ਇੱਕ ਮੰਦਿਰ ਹੈ ਜਿੱਥੇ ਸ਼ਿਵਰਾਤਰੀ ਦਾ ਪ੍ਰੋਗਰਾਮ ਚੱਲ ਰਿਹਾ ਸੀ। ਵਾਰ ਅਸੀਂ ਮੱਥਾ ਟੇਕਿਆ ਅਤੇ ਆ ਗਏ ਘਰ। ਘਰ ਆ ਕੇ ਅਸੀਂ ਥੋੜ੍ਹਾ ਜਿਹਾ ਸਮਾਨ ਖਰੀਦਿਆ। ਇਸ ਨਾਲ ਸਾਡਾ ਵਲੌਗ ਹੁੰਦਾ ਖਤਮ। ਸਬਸਕ੍ਰਾਈਬ